वाहिगुरु जी का खालसा, वाहिगुरु जी की फतेह। सब तो पहला तो सारे ही नगर निवासियों नूं, वीडियो देखने वाले सारिया संगतां नूं दिवाली दियां अते बंदी छोड़ दिवस दियां बहुत बहुत बधाईआं जी। जिवें कि तुहानूं पता ही है कि तकरीबन एक महीना पहला अपने नगर पंडोरी दे विच तकरीबन 30-32 परिवारां नूं, लोड़वंत परिवारां नूं राशन वंडिया गया सी, जिहदे विच सब तो वड्डा सहयोग, सब तो वड्डा योगदान जगराज सिंह जी मराड़े अते गुरपाल सिंह जी, सपुत्र महेंद्र सिंह जी प्रॉपर्टी डीलर, उन्हां दा विशेष योगदान, अते नाल ही साडे सत्कारयोग बलदेव सिंह जी बैद, इन्हां दा भी विशेष योगदान रहा। सो इन्हां दे जतना सदका पिंड पंडोरी दे ओ लोड़वंद परिवार जिन्हां नूं आटा वंडिया गया सी पिछले महीने, उसे लड़ी दे तहत दिवाली दे त्यौहार नूं मुख रखदिआं होइआं इस वार उन्हां 30-32 परिवारां नूं इसे क्लब वल्लों, इन्हां सत्कारयोग मैंबरां वल्लों जगराज सिंह जी मराड़े अते गुरपाल सिंह जी सपुत्र महेंद्र सिंह जी प्रॉपर्टी डीलर, इन्हां दे जतना सदका बलदेव सिंह मिस्त्री की मेहनत सदका अते जग्गा सिंह जी महंत उन्हां दी मेहनत सदका उन्हां परिवारां नूं दिवाली दे त्यौहार नूं मुख रखदे होया एक एक 1000 रुपया सारे परिवारां नूं दिता जाएगा। सो साडे कोले रुपये पहुँच चुके हैं, कार्डां दे विच पै चुके हैं, हुण सारिआं दे उत्ते नाम लिखणे हन जिन्हां जिन्हां परिवारां नूं देणे हन। सो बहुत वड्डा उपराला कीता क्योंकि दिवाली दा त्यौहार जिवें पहलां बहुत रौनकां हुंदियां सी, वड्डे वड्डे पटाके चलदे सी, खड़के दड़के हुंदे सी पूरे, ते खाण नूं मिठाइयां लड्डू सब कुछ चलदा सी, पर जिन्ना आपां थोड़ा कलयुग दे विच देखिए तां बहुत ज़्यादा महंगाई होण दे कारण दिवालियां हुण फिक्कियां लंघण लग गईआं। ते पर बहुत सारे परिवार इहो जिहे वी ने ਜਿਹੜੇ ਜਿਨ੍ਹਾਂ ਦੀ ਦਿਵਾਲੀ ਬਿਲਕੁਲ ਠੰਡੀ ਲੰਘਦੀ ਆ, ਤੇ ਜਿਹਦਾ ਕਾਰਨ ਕਹਿ ਸਕਦੇ ਆ ਵੀ ਉਹਨਾਂ ਕੋਲ ਨਾ ਤਾਂ ਮਠਿਆਈ ਖਾਣ ਨੂੰ ਪੈਸੇ ਹੁੰਦੇ ਤੇ ਨਾ ਹੀ ਪਟਾਕੇ ਚਲਾਉਣ ਨੂੰ, ਤੇ ਬੱਚੇ ਉਹਨਾਂ ਦੇ ਜੋ ਮੰਗਦੇ ਆ ਉਹਨਾਂ ਨੂੰ ਪੂਰਾ ਕਰ ਨਹੀਂ ਸਕਦੇ ਮਾਂ ਪਿਓ ਕਿਉਂਕਿ ਗਰੀਬੀ ਬਹੁਤ ਜ਼ਿਆਦਾ ਗੀ। ਇਸੇ ਤਹਿਤ ਅੱਜ NRI ਭਰਾਵਾਂ ਵੱਲੋਂ ਉਹਨਾਂ ਪਰਿਵਾਰਾਂ ਦੇ ਲਈ 1-1000 ਰੁਪਇਆ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖ ਦਿੱਤਾ ਜਾਣਾ ਹੈ। ਸੋ ਮੈਂ ਧੰਨਵਾਦ ਕਰਦਾ ਜੀ, ਸਭ ਤੋਂ ਪਹਿਲਾਂ ਧੰਨਵਾਦ ਮਿਸਤਰੀ ਬਲਦੇਵ ਸਿੰਘ ਜੀ, ਇਹਨਾਂ ਦਾ ਧੰਨਵਾਦ ਕਿਉਂਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਵੀ ਜਿਹੜਾ ਬਾਹਰੋਂ ਪੈਸਾ ਆਉਂਦਾ ਹੈਗਾ ਉਹ ਜਾਂ ਕੋਈ ਰਾਸ਼ਨ ਆਉਂਦਾ ਉਹਨੂੰ ਪਿੰਡ ਦੇ ਵਿੱਚ ਕਿਵੇਂ ਪਹੁੰਚਦਾ ਕਰਨਾ ਅਤੇ ਕਿਹੜੇ ਕਿਹੜੇ ਲੋੜਵੰਦ ਪਰਿਵਾਰਾਂ ਤੱਕ ਲੈ ਕੇ ਜਾਣਾ, ਇਸ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਉਸ ਤੋਂ ਬਾਅਦ ਧੰਨਵਾਦ, ਵੱਡਾ ਧੰਨਵਾਦ ਜੀ ਜਗਰਾਜ ਸਿੰਘ ਜੀ ਪੰਡੋਰੀ, ਜੋ ਆਪਣੇ ਜਗਰਾਜ ਸਿੰਘ ਜੀ ਮਰਾੜੇ, ਉਹਨਾਂ ਦਾ ਵਿਸ਼ੇਸ਼ ਧੰਨਵਾਦ। ਗੁਰਪਾਲ ਸਿੰਘ ਜੀ ਸਪੁੱਤਰ ਮਹਿੰਦਰ ਸਿੰਘ ਪ੍ਰੋਪਰਟੀ ਡੀਲਰ, ਉਹਨਾਂ ਦਾ ਵੀ ਧੰਨਵਾਦ ਜੀ। ਸੋ ਬੇਨਤੀ ਹੈ ਜੀ ਵੀ ਜਿਹੜੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸੀ ਉਹਨਾਂ ਪਰਿਵਾਰਾਂ ਨੂੰ ਹੀ ਇਹ 1-1000 ਰੁਪਇਆ ਵੰਡਿਆ ਜਾਵੇਗਾ। ਸੋ ਤੁਹਾਡੇ ਲਗਭਗ ਸਾਰਿਆਂ ਦੇ ਸੰਪਰਕ ਨੰਬਰ ਮਿਸਤਰੀ ਬਲਦੇਵ ਸਿੰਘ ਜੀ ਕੋਲ ਹੈਗੇ ਨੇ, ਇਹ ਤੁਹਾਨੂੰ ਸੰਪਰਕ ਕਰਨਗੇ ਅਤੇ ਆਪਣਾ ਆ ਕੇ ਇੱਥੇ 1000 ਰੁਪਇਆ ਲੈ ਜਾਓ। ਅਤੇ ਵੀਡੀਓ ਤਾਂ ਨਹੀਂ ਬਣਾਉਣੀ ਤੁਹਾਡੇ ਸਕਣ ਕਿਉਂਕਿ ਆਪਣੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਫੈਸਲਾ ਇਹ ਲਿਆ ਗਿਆ ਕਿ ਵੀ ਕਿਸੇ ਵੀ ਲੋੜਵੰਦ ਦੀ ਵੀਡੀਓ ਨਾ ਬਣਾਈ ਜਾਵੇ, ਫੋਟੋ ਨਾ ਖਿੱਚੀ ਜਾਵੇ, ਪਰ ਉਹਨਾਂ ਕੋਲ ਰਾਸ਼ਨ ਅਤੇ ਉਹਨਾਂ ਕੋਲ ਪੈਸੇ ਪਹੁੰਚਦੇ ਜ਼ਰੂਰ ਕੀਤੇ ਜਾਣ। ਸੋ ਮਾਇਆ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ, ਇਸ ਤੋਂ ਬਾਅਦ ਆਪਾਂ ਇਹ ਜਿਹੜਾ ਮਾਇਆ ਉਹ ਵੰਡ ਦੇਣੀ ਆ ਜਿਨ੍ਹਾਂ ਜਿਨ੍ਹਾਂ ਲੋੜਵੰਦ ਪਰਿਵਾਰਾਂ ਦੇ ਨਾਮ ਲਿਖੇ ਗਏ ਹਨ। ਸੋ ਮੈਂ ਵਿਸ਼ੇਸ਼ ਤੌਰ 'ਤੇ ਫਿਰ ਇੱਕ ਵਾਰ ਸਾਰੇ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਅਤੇ NRI ਭਰਾਵਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਸਦਕਾ ਇਹ ਮਾਇਆ ਪਹੁੰਚੀ ਹੈ ਜੀ। ਹਾਂਜੀ ਓਕੇ ਜੀ, ਸਾਰਾ ਕੁਛ ਨਾ ਜੀ ਆਪਣੇ ਨਾਮ ਨੂੰ ਲਿਖ ਲਿਓ, ਉਦੋਂ ਬਾਅਦ ਫਿਰ ਆਪਣਾ ਅਗਲਾ ਕਾਰਵਾਈ ਸ਼ੁਰੂ ਕਰ ਦਾਂਗੇ। ਹਾਂਜੀ ਸੋ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਰੇ ਨੇ ਤਿਆਰ ਹੋ ਜਾਓ, ਆਪਾਂ ਵੰਡ ਕੇ ਹੋਣੇ ਪੈਸੇ ਚੰਗਾ।